ਕਿਸੇ ਨੂੰ ਬੇਇੱਜ਼ਤ ਕਰਕੇ ਤੁਸੀਂ ਇੱਜ਼ਤ ਨਹੀਂ ਪਾ ਸਕਦੇ। ਮਿਸਾਲ ਦੇ ਤੌਰ ਤੇ ਇੱਕ ਬੰਦਾ ਇੱਧਰ ਤੁਸੀਂ ਵੇਖਦੇ ਹੋ ਉਹ ਜਿਹੜਾ ਬੰਦਾ ਹੈ ਉਹ ਸਾਦਾ ਬੰਦਾ ਹੈ। ਮਿਸਾਲ ਦੇ ਤੌਰ ਤੇ ਅਸੀਂ ਅਗਰ ਇਸ ਸਾਦੇ ਬੰਦੇ ਨੂੰ ਬੇਇੱਜ਼ਤ ਕਰਨੇ ਆ ਗਾਲ ਕੱਢ ਦੇਣੇ ਆ ਜਾਂ ਉਹਦੀ ਵੀਡੀਓ ਬਣਾਣੇ ਆ ਸੋਸ਼ਲ ਮੀਡੀਆ ਤੇ ਅਪਲੋਡ ਕਰਨੇ ਆ ਸਾਨੂੰ ਵਿਊ ਵੀ ਮਿਲ ਜਾਣਗੇ ਲਾਈਕ ਕਮੈਂਟ ਵੀ ਮਿਲ ਜਾਣਗੇ ਯਾਨੀ ਕਿ ਸਾਡਾ ਉਹ ਜਿਹੜਾ ਟਾਰਗੇਟ ਹੈ ਉਹ ਪੂਰਾ ਹੋ ਜਾਏਗਾ ਲੇਕਿਨ ਉਹਨੂੰ ਬਿज्जਤ ਕਰਕੇ ਅਸੀਂ ਇੱਜ਼ਤ ਨਹੀਂ ਪਾ ਸਕਦੇ ਉਸ ਵਾਸਤੇ ਕਿ ਸਿਆਣੇ ਬੰਦੇ ਸਾਨੂੰ ਵੰਦੇ ਨੇ ਸਿਆਣਿਆਂ ਮੁੰਡਿਆਂ ਨੇ ਵਡੇਰਿਆਂ ਨੇ ਇਹ ਗੱਲ ਆਖਣੀ ਕਿ ਉਹ ਤੇ ਛਦਾਈ ਸੀ ਤੂੰ ਕਿੱਡਾ ਕਿ ਸਿਆਣਾ ਨਿਕਲਿਆ ਯਾਰ ਜੇ ਉਹ ਛਦਾਈ ਸੀ ਤੇ ਤੂੰ ਕਿੱਡਾ ਕਰ ਕਲਮੰਦ ਨਿਕਲਿਆ ਏ ਮੁਖਤਸਰ ਬਾਤ ਇਹ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਵਾਲੀ ਸ਼ਾਨ ਹੈ ਕਿ ਅਗਰ ਤੁਸੀਂ ਕਿਸੇ ਇੱਜ਼ਤਦਾਰ ਬੰਦੇ ਨੂੰ ਉੱਥੇ ਬਿਜ਼ਤ ਕੀਤਾ ਕਿ ਜਿੱਥੇ ਉਹਦੀ ਇੱਜ਼ਤ ਬਣੀ ਹੋਈ ਸੀ ਅੱਲਾ ਤੁਹਾਨੂੰ ਵੀ ਫਿਰ ਉੱਥੇ ਬਿਜ਼ਤ ਕਰ ਛੜੇਗਾ ਜਿੱਥੇ ਤੁਹਾਡੀ ਇੱਜ਼ਤ ਬਣੀ ਹੋਈ ਹੋਏਗੀ ਕਿਸੇ ਨੂੰ ਬਿਜ਼ਤ ਕਰਕੇ ਤੁਸੀਂ ਇੱਜ਼ਤ ਨਹੀਂ ਪਾ ਸਕਦੇ ਕੈਮਰਾਮੈਨ ਜਰਾ ਇਹਨਾਂ ਜੀਆਂ ਦੇ ਚਿਹਰੇ ਵਹਾ ਕਿੱਡੇ ਕਿੱਡੇ ਸਿਆਣੇ ਕਿੱਡੇ ਕਿੱਡੇ ਮੋਤਬਿਰ ਦਨਾ ਜੀ تشریف ਫਰਮਾਣੇ ਸਾਡੀ ਮਹਿਫਲ ਦੇ ਵਿੱਚ ਸਟੂਡੈਂਟ ਵੀ ਬੈਠੇ ਨੇ ਸਾਡੀ ਮਹਿਫਲ ਚ ਕਾਰੋਬਾਰੀ ਜੀ ਵੀ ਬੈਠੇ ਨੇ ਜੀ ਵੀ ਭਾਂਡੇ ਵਾਲੇ ਵੀ ਬੈਠੇ ਨੇ ਸੋ ਮੇਰਾ ਮਤਲਬ ਗੱਲ ਅਸਲ ਮਕਸਦ ਇਹ ਹੋਵੇ ਕਿ ਅਗਰ ਤੁਸੀਂ ਇੱਜ਼ਤ ਪਾਣਾ ਚਾਹੁੰਦੇ ਹੋ ਫਿਰ ਕਿਸੇ ਨੂੰ ਬੇਇੱਜ਼ਤ ਕਰਕੇ ਇੱਜ਼ਤ ਨਹੀਂ ਪਾ ਸਕਦੇ ਜਿਹੜੇ ਨੌਜਵਾਨ ਜਿਹੜੇ ਸੋਸ਼ਲ ਮੀਡੀਆ ਤੇ ਵਰਕ ਕਰਨ ਵਾਲੇ ਲੜਕੇ ਖਾਸ ਕਰ ਜਿਹੜੇ ਚਾਹੁੰਦੇ ਨੇ ਕਿ ਅਸੀਂ ਫੇਮਸ ਫਟਾਫਟ ਹੋਈਏ ਜਲਦੀ ਜਲਦੀ ਅਸੀਂ ਫਾਰ ਯੂ ਤੇ ਚਲੇ ਜਾਈਏ ਤੇ ਅਹੀ ਫੇਮਸ ਹੋਈ ਹੈ ਇਹ ਉਹ ਇਹ ਨਹੀਂ ਵੇਂਦੇ ਕਿ ਸਾਡਾ ਮਿਆਰ ਗਿਰ ਰਿਹਾ ਸਾਡੇ ਖਾਨਦਾਨ ਦੀ ਤੋਹੀਨ ਹੋ ਰਹੀ ਹੈ ਸਾਡੀ ਬਰਾਦਰੀ ਜਾਂ ਸਾਡੇ ਸ਼ਹਿਰ ਦੀ ਬਿਜ਼ਤੀ ਹੋ ਰਹੀ ਹੈ ਉਹ ਸਿਰਫ ਫੇਮ ਚਾਹੁੰਦੇ ਨੇ ਕਿ ਅਸੀਂ ਮਸ਼ਹੂਰ ਹੋਈਏ ਮੈਨੂੰ ਕਈ ਮੁੰਡੇ ਕਾਲਾਂ ਕਰਦੇ ਨੇ ਕਿ ਸਾਨੂੰ ਵਾਇਰਲ ਕਰ ਦੋ ਮੈਂ ਪੁੱਤਰ ਮੇਰੇ ਕੋਲ ਕੋਈ ਡਰ ਨਹੀਂ ਕਿ ਮੈਂ ਤੁਹਾਨੂੰ ਵਾਇਰਲ ਕਰ ਦਿਆਂ ਜਾਂ ਮੈਂ ਤੁਹਾਨੂੰ ਕਿਵੇਂ ਵਾਇਰਲ ਕਰ ਸਕਣਾ ਤੁਸੀਂ ਚਾਹਦੇ ਹੋ ਕਿ ਅਸੀਂ ਬਸ ਵਾਇਰਲ ਹੋਈ ਜਾਏ ਇਹ ਕਿਸੇ ਤਰੀਕੇ ਫੇਮਸ ਹੋਈ ਜਾਏ ਤੁਸੀਂ ਉਹ ਉਤਾਰ ਚੜਾਓ ਨਹੀਂ ਵੇਂਦੇ ਤੁਸੀਂ ਚੰਗਾ ਮਾੜਾ ਕੰਮ ਨਹੀਂ ਵੇਂਦੇ ਅਕਸਰ ਸਾਡੇ ਨੌਜਵਾਨ ਜਿਹੜੇ ਨੇ ਉਹ ਖੁਦ ਫੇਮਸ ਹੋਣ ਵਾਸਤੇ ਕਿਸੇ ਵੀ ਫੇਮਸ ਬੰਦੇ ਦਾ ਸਹਾਰਾ ਲੈਂਦੇ ਨੇ ਕਿ ਉਹਦਾ ਕੋਈ ਵੀਕ ਪੁਆਇੰਟ ਢੁੰਡিয়ে ਉਹਦਾ ਕੋਈ ਮਤਲਬ ਸੀ ਕੋਈ ਐਸੀ ਕੋਈ ਐਸੀ ਬਾਤ ਕੋਈ ਐਸਾ ਜੁਮਲਾ ਕੋਈ ਐਸਾ ਫਿਕਰਾ ਫੜੀਏ ਉਨੂੰ ਉਛਾਲੀਏ ਤਾਂ ਕਿ ਅਸੀਂ ਵੀ ਫੇਮਸ ਹੋਈਏ ਪੁੱਤਰ ਕਿਸੇ ਦੇ ਮੁੰਡਿਆਂ ਉਤੇ ਰਾ ਕੇ ਚਲਾਨੀ ਤਾਂ ਬੜੀ ਸੌਖੀ ਹੁੰਦੀ ਹੈ ਤੁਸੀਂ ਕੋਸ਼ਿਸ਼ ਕਰੋ ਹਾਂ ਕਿ ਆਪਣਾ ਨਾਂ ਆਪਣੇ ਸਿਰ ਤੇ ਬਣਾਓ ਪਤਾ ਵੀ ਲੱਗੇ ਤੁਹਾਨੂੰ ਵੇਖਣ ਆਲਿਆਂ ਨੂੰ ਵੀ ਪਤਾ ਲੱਗੇ ਔਰ ਤੁਹਾਨੂੰ ਵੀ ਮਜ਼ਾ ਆਵੇ ਕਿ ਨਾ ਭਾਈ ਮੈਂ ਕਿਸੇ ਦਾ ਸਹਾਰਾ ਲੈ ਕੇ ਕਿਸੇ ਦੇ ਮੁੰਡਿਆਂ ਤੇ ਖਲੋ ਕੇ ਫੇਮਸ ਨਹੀਂ ਹੋਇਆ ਮੈਂ ਆਪਣਾ ਕੰਮ ਕਰਕੇ ਫੇਮਸ ਹੋਇਆ ਹਾਂ ਹਾਂ ਜੀ ਮੈਂ ਆਪਣਾ ਨਾਂ ਬਣਾਇਆ ਤੇ ਆਪਣੇ ਸਿਰ ਤੇ ਬਣਾਇਆ ਕਿਸੇ ਨੂੰ ਬੇਇੱਜ਼ਤ ਕਰਕੇ ਤੁਸੀਂ ਇੱਜ਼ਤ ਪਾਣਾ ਚਾਹੁੰਦੇ ਹੋ ਇੰਜ ਤੁਸੀਂ ਇੱਜ਼ਤ ਨਹੀਂ ਪਾ ਸਕਦੇ ਤੇ ਇਹ ਗੱਲਾਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਜੇ ਸਮਝ ਆ ਜਾਣ ਤੇ ਮੇਰੇ ਖਿਆਲ ਚ ਕਾਫੀ ਹੁੰਦੀਆਂ ਨੇ ਕਿਉਂ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਵਰਕ ਕਰਦਿਆਂ ਤਕਰੀਬਨ 7 ਸਾਲ ਹੋ ਗਏ ਨੇ 7 ਸਾਲਾਂ ਦੇ ਵਿੱਚ ਕੋਈ ਬੰਦਾ ਸਾਬਤ ਨਹੀਂ ਕਰ ਸਕਦਾ ਕਿ ਮੈਂ ਵਿਊ ਲੈਣ ਲਈ ਫੇਮਸ ਹੋਣ ਲਈ ਕਿਸੇ ਫੇਮਸ ਬੰਦੇ ਨੂੰ ਟਾਰਗੇਟ ਕਰਕੇ ਹਿੱਟ ਕਰਕੇ ਇਨਸਲਟ ਕਰਕੇ ਤੇ ਮੈਲਾ ਸਹਾਰਾ ਲਿਆ ਹੋਵੇ ਕਿ ਮੈਂ ਇਹਨੂੰ ਬੇਇੱਜ਼ਤ ਕਰਕੇ ਤੇ ਮੈਂ ਅੱਗੇ ਚਲਾ ਜਾ